ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਮੈਂ ਡਿਬੇਟ ਬਾਰੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਕਿ ਮਹਿਲਾ ਦਿਵਸ ਦੇ ਉੱਤੇ ਦੇਸ਼ ਵਿਦੇਸ਼ 'ਚ ਬੈਠੇ ਦਰਸ਼ਕਾਂ ਨੂੰ ਇਸ ਦਿਵਸ ਦੀਆਂ ਮੁਬਾਰਕਾਂ। ਜੇਕਰ ਔਰਤ 'ਚ ਸਮਾਜ ਦੀ ਆਪਾਂ ਬਰਾਬਰੀ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਪਰ ਇਹਦੇ 'ਚ ਕੋਈ ਦੋ ਰਵਾਂ ਨਹੀਂ। ਜੇ ਆਪਾਂ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਔਰਤਾਂ ਨੇ ਉਹ ਕੁਝ ਕਰਕੇ ਵਿਖਾਇਆ ਕਿ ਦੁਨੀਆ ਅੱਜ ਉਹਨਾਂ ਦੇ ਨਾਂ 'ਤੇ ਯਾਦ ਕਰਦੀ ਹੈ, ਉਦਾਹਰਣਾਂ ਦਿੰਦੀ ਹੈ। ਸਮਾਜ ਜੇ ਤਬਦੀਲੀ ਨੂੰ ਵੀ ਲਈਏ, ਲੰਬੇ ਸਮੇਂ ਤੋਂ ਲੈ ਕੇ ਜੋ ਔਰਤ ਦੀ ਕੰਟਰੀਬਿਊਸ਼ਨ ਹੈ ਉਸ ਨੂੰ ਕਿਸੇ ਵੀ ਸਥਿਤੀ ਦੇ ਵਿੱਚ ਭੁਲਾਇਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਸ ਦੇ ਬਾਵਜੂਦ ਜਿਹੜੇ ਸਮਾਜ ਦੇ ਚੌਧਰੀ ਹੈ ਅਜੇ ਵੀ ਔਰਤ ਨੂੰ ਬਰਾਬਰੀ ਦਾ ਸਥਾਨ ਦੇਣ ਲਈ ਤਿਆਰ ਨਹੀਂ ਹੈ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਅੱਜ ਦੇ ਪੈਨਲ 'ਤੇ ਗੱਲਬਾਤ ਕਰਨ ਲਈ ਹਾਜ਼ਰ ਨੇ, ਪ੍ਰੋਫੈਸਰ ਜੋਤੀ ਸੇਠ, ਜਿਹੜੇ ਕਿ ਸਰਕਾਰੀ ਕਾਲਜ ਸੈਕਟਰ 42 ਦੇ ਵਿੱਚ ਸੋਸ਼ੋਲੋਜੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਤਾਂ ਹਨ ਹੀ, ਇਸ ਤੋਂ ਇਲਾਵਾ ਇੱਕ ਜਾਗਰੀ ਐਨ ਜੀ ਓ ਹੈਗੀ ਹੈ ਜਿਹੜੀ ਧਰਮਸ਼ਾਲਾ ਨੂੰ ਬਿਲੋਂਗ ਕਰਦੀ ਹੈ, ਉਹਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨੇ, ਔਰ ਵਿਮੈਨ ਐਕਟੀਵਿਸਟ ਦੇ ਤੌਰ 'ਤੇ ਬਹੁਤ ਸਾਰੇ ਫਰੰਟਾਂ ਦੇ ਨਾਲ ਜੁੜੇ ਹੋਏ ਆ। ਮੈਂ ਇਹਨਾਂ ਨੂੰ ਜੀ ਐਂ ਆਖਦਾ ਅੱਜ ਦੇ ਪੈਨਲ 'ਤੇ ਆਉਣ ਦੇ ਲਈ। ਸਾਡੇ ਨਾਲ ਦੂਜੇ ਮਹਿਮਾਨ ਪ੍ਰੋਫੈਸਰ ਸ਼ਾਮ ਸਿੰਘ। ਪ੍ਰੋਫੈਸਰ ਸ਼ਾਮ ਸਿੰਘ ਜਿਹੜੇ ਕਿ ਸੀਨੀਅਰ ਪੱਤਰਕਾਰ ਤਾਂ ਹਨ ਹੀ, ਪਰ ਜੇ ਲੇਖਣੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੱਖ ਵੱਖ ਫੀਲਡਾਂ ਦੇ ਨਾਲ ਮਹਿਲਾ ਖੇਤਰ ਦੇ 'ਚ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ। ਮੈਂ ਦੋਨੇ ਹੀ ਮਹਿਮਾਨਾਂ ਨੂੰ ਜੀ ਐਂ ਆਖਦਾ। ਪ੍ਰੋਫੈਸਰ, ਜਿੱਦਾਂ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ, ਮਹਿਲਾ ਦਿਵਸ ਦੀ ਆਪਾਂ ਗੱਲ ਕਰਦੇ ਹਾਂ, ਇਸ ਮੌਕੇ ਨੂੰ ਮਹਿਲਾ ਦਿਵਸ ਮਨਾਉਣ ਦੇ ਜੋ ਦੁਨੀਆ ਭਰ ਦੇ ਦੇਸ਼ 'ਚ ਵਿਦੇਸ਼ 'ਚ ਪੰਜਾਬ 'ਚ ਮਨਾਇਆ ਜਾ ਰਿਹਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅੱਜ ਇੱਕ ਬਹੁਤ ਇੰਪੋਰਟੈਂਟ ਦਿਨ ਹੈ ਜੀ, ਐਂਡ ਬੜੇ ਲੋਕ ਪੁੱਛਦੇ ਆ ਸਵਾਲ ਕਿ ਮਹਿਲਾ ਦਿਵਸ ਮਨਾਉਣਾ ਵੀ ਚਾਹੀਦਾ ਹੈ ਕਿ ਨਹੀਂ। ਮੇਰੇ ਖਿਆਲ ਨਾਲ ਮਹਿਲਾ ਦਿਵਸ ਜ਼ਰੂਰ ਮਨਾਉਣਾ ਚਾਹੀਦਾ, ਕਿਉਂਕਿ ਅਸੀਂ ਦੁਬਾਰਾ ਫੋਕਸ 'ਚ ਲਿਆ ਰਹੇ ਹਾਂ ਵਿਮੈਨਸ ਇਸ਼ੂਜ਼ ਫਰੋਮ ਵਿਮੈਨਸ ਪਰਸਪੈਕਟਿਵ। ਔਰਤ ਦੀ ਆਈਡੈਂਟੀ, ਔਰਤ ਦੀ ਪਹਿਚਾਣ, ਉਹਦੀ ਕੰਟਰੀਬਿਊਸ਼ਨ ਸਮਾਜ ਨੂੰ, ਪ੍ਰੋਡਕਸ਼ਨ ਪ੍ਰੋਸੈਸ ਵਿੱਚ ਉਹਦੀ ਕੰਟਰੀਬਿਊਸ਼ਨ, ਔਰ ਉਹਦੀ ਕ੍ਰੀਏਟਿਵਿਟੀ, ਉਹਦੀ ਪੋਟੈਂਸ਼ੀਅਲ ਨੂੰ ਫਿਰ ਤੋਂ ਇੱਕ ਵਾਰ ਇੰਪੋਰਟੈਂਸ ਦੇਣਾ, ਉਹ ਇਸ ਦਿਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ, ਤੇ ਐਵਰੀ ਵੂਮਨ ਟੂ ਫੀਲ ਇੰਪੋਰਟੈਂਟ ਐਂਡ ਗੁੱਡ ਅਬਾਊਟ ਹਰਸੈਲਫ। ਜੀ ਜੀ ਜੀ, ਇੱਕ ਖਾਸ ਦਿਵਸ ਹੈਗਾ ਜਿਸ ਮੌਕੇ ਤੇ ਬੰਦੀ ਵੀ ਆ ਗੱਲ ਜਿਹੜੀ। ਪ੍ਰੋਫੈਸਰ ਸ਼ਾਮ ਸਿੰਘ, ਤੁਸੀਂ ਕੀ ਕਮੈਂਟ ਕਰੋਗੇ? ਮੇਰਾ ਖਿਆਲ ਹੈ ਵੀ ਜਿਹੜਾ ਇੱਕ ਵਾਰ ਵਾਰ ਕਿਹਾ ਜਾਂਦਾ ਵੀ ਔਰਤ ਜਿਹੜੀ ਆ ਉਹ ਮਰਦ ਜਿਹੜੇ ਆ ਉਹਨੂੰ ਬਰਾਬਰ ਨਹੀਂ ਗਿਣਦੇ, ਅਸਲ 'ਚ ਮਰਦ ਜਿਹੜਾ ਮੈਂ ਉਹਨਾਂ 'ਚ ਸ਼ਾਮਿਲ ਹੈ, ਅਸੀਂ ਔਰਤ ਦੀ ਬਰਾਬਰੀ ਕਰ ਨਹੀਂ ਸਕਦੇ। ਓਕੇ, ਔਰਤ ਨੂੰ ਬਰਾਬਰ ਗਿਣਨਾ ਤਾਂ ਇੱਕ ਪਾਸੇ ਰਿਹਾ, ਅਸੀਂ ਉਹਦੀ ਬਰਾਬਰੀ ਨਹੀਂ ਕਰ ਸਕਦੇ। ਜੀ ਜੀ, ਜਿੰਨੀ ਵੱਡੀ ਕੰਟਰੀਬਿਊਸ਼ਨ ਮੇਰੀ ਮਾਂ ਦੀ ਆ, ਮੇਰੀ ਭੈਣ ਦੀ ਆ, ਮੇਰੀ ਪਤਨੀ ਦੀ ਆ, ਉਹ ਮੇਰੀ ਨਹੀਂ ਹੈ। ਕਿਉਂ? ਕਿਉਂਕਿ ਉਹ ਬਾਹਰ ਵੀ ਕੰਮ ਕਰਦੀਆਂ ਅਤੇ ਘਰ 'ਚ ਵੀ ਕੰਮ ਕਰਦੀਆਂ। ਬਿਲਕੁਲ, ਅਸੀਂ ਸਿਰਫ ਬਾਹਰ ਕੰਮ ਕਰਕੇ ਘਰ ਜਾ ਕੇ ਰੋਹ ਪਾਉਣ ਜੋਗੇ ਹਾਂ, ਅਸੀਂ ਕਿੱਦਾਂ ਬਰਾਬਰ ਹੋ ਗਏ? ਉਹ ਸਾਥੋਂ ਅੱਗੇ ਨੇ। ਓਕੇ, ਅਤੇ ਇਸ ਲਈ ਮੈਂ ਤਾਂ ਇਹ ਸਮਝਦਾ ਵੀ ਮਹਿਲਾ ਦਿਵਸ ਰੋਜ਼ ਮਨਾਉਣਾ ਚਾਹੀਦਾ, ਉਹ ਇਸ ਲਈ ਕਿ ਮਹਿਲਾਵਾਂ ਦੇ ਸ਼ੁਕਰਗੁਜ਼ਾਰ ਰਹੀਏ, ਉਹ ਕਿਸੇ ਰੂਪ 'ਚ ਹੋਣ, ਕਿੰਨੇ ਫਿਰ ਪਵਿੱਤਰ ਰਿਸ਼ਤੇ ਨੇ ਜਿਹੜੇ ਇੱਕ ਔਰਤ ਨਾਲ ਜੁੜੇ ਹੋਏ ਨੇ। ਓਕੇ, ਔਰ ਸਭ ਤੋਂ ਵੱਡੀ ਗੱਲ ਵੀ ਜੇ ਔਰਤ ਨਾ ਹੋਵੇ ਤਾਂ ਸਾਰਾ ਸਮਾਜ ਹੀ ਖਤਮ ਹੈ। ਜੀ ਜੀ, ਬਿਲਕੁਲ ਸਹੀ ਹੈ, ਬਿਲਕੁਲ। ਤੁਸੀਂ ਕਹਿਣਾ ਚਾਹੁੰਦੇ ਹੋ? ਸਰ ਨੇ ਬੜੀ ਚੰਗੀ ਗੱਲ ਕਹੀ, ਤੇ ਵਿਮੈਨ ਔਰਤਾਂ ਦੇ ਘਰ ਦੀ ਕੰਟਰੀਬਿਊਸ਼ਨ ਨੂੰ ਵੈਲਿਊ ਕਰਨਾ ਸਾਡੇ ਲਈ ਬਹੁਤ ਜ਼ਰੂਰਤ ਹੈ, ਕਿਉਂਕਿ ਇਹਨੂੰ ਅਸੀਂ ਇਨਵਿਜ਼ਿਬਲ ਵਰਕ ਕਹਿੰਦੇ ਹਾਂ। ਔਰਤ ਖੁਦ ਵੀ ਆਪਣੀ ਕੰਟਰੀਬਿਊਸ਼ਨ ਨੂੰ ਮਹੱਤਵਤਾ ਨਹੀਂ ਦਿੰਦੀ, ਸਮਾਜ ਵੀ ਨਹੀਂ ਮਹੱਤਵਤਾ ਦਿੰਦਾ, ਅਤੇ ਇਸ ਲਈ ਉਹ ਜਿਹੜਾ ਕੰਮ ਉਹਨਾਂ ਇੰਨਾ ਵੈਲਿਊਬਲ ਕੰਮ ਹੈ ਉਹਨੂੰ ਵੈਲਿਊ ਹੀ ਨਹੀਂ ਦਿੱਤੀ ਜਾਂਦੀ। ਐਂਡ ਅੱਜ ਦੇ ਦਿਨ ਮੇਰੇ ਖਿਆਲ ਹੈ ਫੋਕਸ ਬਹੁਤ ਜ਼ਰੂਰੀ ਹੈ ਕਿ ਵਿਮੈਨਸ ਵਰਕ ਨੀਡਸ ਟੂ ਬੀ ਵੈਲਿਊਡ ਬਾਈ ਦਮਸੈਲਵਸ ਐਂਡ ਬਾਈ ਸੋਸਾਇਟੀ। ਜੀ, ਤੁਸੀਂ ਜਿਹੜੇ ਮੈਂ ਇਸ ਮੁੱਦੇ ਤੇ ਪ੍ਰਸ਼ਨ ਮੈਂ ਤੁਹਾਡੇ ਵੱਲ ਆਉਣਾ ਹੈ, ਇਸ ਮੁੱਦੇ ਤੇ ਜੇ ਆਪਾਂ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਕਿਹਾ ਹੈ ਕਿ ਪ੍ਰਸਾਦ ਵੀ ਕਮੈਂਟ ਹੈਗੇ ਹੈ ਕਿ ਜਿਹੜੀ ਵਿਮੈਨ ਦੀ ਜਿਹੜੀ ਕੰਟਰੀਬਿਊਸ਼ਨ ਹੈ ਸੋਸਾਇਟੀ ਦੇ ਵਿੱਚ, ਜੋ ਕੁਝ ਕੀਤਾ ਉਹਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਚਾਹੇ ਆਪਾਂ ਪੋਲੀਟੀਕਲ ਖੇਤਰ ਦੀ ਗੱਲ ਕਰੀਏ, ਵਿਗਿਆਨ ਦੇ ਖੇਤਰ ਦੀ ਗੱਲ ਕਰੀਏ, ਇੱਦਾਂ ਹੀ ਜਿਹੜਾ ਰੂਰਲ ਏਰੀਆ ਬਹੁਤ ਵੱਡਾ, ਉਹਨਾਂ ਦੀ ਡਿਫਰੈਂਟ ਅਲੱਗ ਅਲੱਗ ਬਹੁਤ ਸਾਰੇ ਏਰੀਆਸ ਹੈਗੇ ਆ ਜਿੱਥੇ ਵਿਮੈਨ ਦੀ ਕੰਟਰੀਬਿਊਸ਼ਨ ਹੈ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਉਹਦੇ ਬਾਰੇ ਤੁਹਾਡੇ ਕੀ ਕਮੈਂਟ ਨੇ? ਜਿੱਦਾਂ ਹੁਣੇ ਗੱਲ ਹੋ ਰਹੀ ਸੀ ਕਿ ਸਭ ਤੋਂ ਪਹਿਲੇ ਜੇ ਅਸੀਂ ਕਹੀਏ ਤਾਂ ਵਿਮੈਨ ਦੇ ਜੈਂਡਰ ਰੋਲਸ ਉਹਨਾਂ ਨੂੰ ਘਰ ਦੇ ਕੰਮ ਨਾਲ ਜੋੜ ਦਿੰਦੇ ਆ, ਅਤੇ ਬਾਹਰ ਜਿਹੜੀ ਕੰਮਕਾਜੀ ਮਹਿਲਾ ਹੈ ਉਹਨੂੰ ਗੇਨਫੁਲ ਇੰਪਲੋਇਮੈਂਟ ਕਹਿੰਦੇ ਹਾਂ, ਤਾਂ ਇਹ ਦੋ ਤਰ੍ਹਾਂ ਦੇ ਉਹਦੇ ਕੰਮ ਨੂੰ ਵੱਖ ਵੱਖ ਕਰਦੇ ਆ। ਔਰਤ ਸਭ ਤੋਂ ਪਹਿਲੇ ਉੱਠਦੀ ਹੈ ਅਤੇ ਸਭ ਤੋਂ ਲਾਸਟ ਸੁਣਦੀ ਹੈ, ਹਾਂ, ਚਾਹੇ ਉਹ ਕੰਮਕਾਜੀ ਮਹਿਲਾ ਵੀ ਹੈ, ਚਾਹੇ ਉਹ ਕੇਵਲ ਘਰ ਦਾ ਕੰਮ ਕਰ ਰਹੀ ਹੈ, ਲੇਕਿਨ ਔਰਤਾਂ ਕਹਿੰਦੀਆਂ ਆਈ ਐਮ ਓਨਲੀ ਅ ਹਾਊਸ ਵਾਈਫ, ਆਈ ਐਮ ਨੋਟ ਓਨਲੀ ਅ ਹਾਊਸ ਵਾਈਫ, ਆਈ ਐਮ ਅ ਹੋਮ ਮੇਕਰ। ਘਰ ਨੂੰ ਚਲਾਉਣਾ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੈ, ਅਤੇ ਜੇ ਔਰਤ ਦੀ ਕੰਟਰੀਬਿਊਸ਼ਨ ਉਸ ਘਰ ਲਈ
ਜਿਹੜੀ ਉਹਦੀ ਕਮਿਟਮੈਂਟ ਹੈ ਉਹਦੀ ਰਿਸੋਰਸਿਸ ਦੀ ਪੂਰੀ ਜੋ ਲਾ ਦਿੰਦੀ ਹੈ ਆਪਣੇ ਰਿਸੋਰਸਿਸ ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਜੇ ਅਸੀਂ ਕਰਾਂਗੇ ਬਿਕੋਜ਼ ਔਰਤ ਆਪਣੇ ਸਾਰੇ ਰਿਸੋਰਸਿਸ ਫੈਮਿਲੀ ਅਤੇ ਕਮਿਊਨਿਟੀਜ਼ ਨੂੰ ਬਿਲਡ ਕਰਨ ਲਈ ਲਗਾਉਂਦੀ ਹੈ ਉਹਨਾਂ ਨੂੰ ਅੱਜ ਰੈਕਗਨਾਈਜ਼ ਕਰਨਾ ਬਹੁਤ ਜ਼ਰੂਰੀ ਹੈ ਓਕੇ ਜੋਤੀ ਸਰ ਲੱਗਦਾ ਹੈ ਕਿ ਔਰਤ ਤੋਂ ਬਗੈਰ ਜਿਹੜਾ ਘਰ ਦਾ ਕਨਸੈਪਟ ਹੈ ਉਹ ਪੋਸੀਬਲ ਨਹੀਂ ਹੈ ਪਰ ਸਰ ਇਸ ਮੁੱਦੇ 'ਤੇ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਜਿਹੜੀ ਔਰਤ ਦੀ ਕੰਟਰੀਬਿਊਸ਼ਨ ਜਿਹਨੂੰ ਆਪਾਂ ਹੁਣ ਗੋਲਿਆ ਨਹੀਂ ਕਰ ਸਕਦੇ ਡਿਫਰੈਂਟ ਫੀਲਡ ਦੇ ਅੰਦਰ ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆ ਵੀ ਹਰ ਫੀਲਡ ਵਿੱਚ ਔਰਤ ਨੇ ਅੱਜ ਪੈਰ ਧਰੇ ਆ ਮੈਂ ਅੱਜ ਹੀ ਖਬਰ ਪੜ੍ਹ ਰਿਹਾ ਸੀਗਾ 17 ਘੰਟੇ ਦੀ ਫਲਾਈਟ ਦਿੱਲੀ ਤੋਂ ਜਾਂ ਕਿੱਥੋਂ ਅੱਜ ਲੋਸ ਏਂਜਲਸ ਨੂੰ ਗਈ ਆ ਜੀ ਜੀ ਹਿੰਦੁਸਤਾਨ ਦੀ 17 ਘੰਟੇ ਚਲਾਉਣਾ ਉਹ 14,000 ਸਮਥਿੰਗ ਮੀਲ ਉਹ ਸਫ਼ਰ ਹੈ ਅਤੇ ਉਹਦੇ ਵਿੱਚ ਸਾਰੀਆਂ ਮਹਿਲਾਵਾਂ ਨੇ ਕਰਿਊ ਦੀਆਂ ਪਾਇਲਟ ਵੀ ਕਰਿਊ ਪਾਇਲਟ ਵੀ ਐਂਡ ਅਦਰਸ ਡਾਕਟਰ ਵੀ ਈਵਨ ਉਹਦੇ ਵਿੱਚ ਉਹਨਾਂ ਨੇ ਔਰਤਾਂ ਰੱਖੀਆਂ ਸੋ ਕਹਿਣ ਤੋਂ ਭਾਵ ਇਹ ਆ ਵੀ ਕਿੱਡੇ 30,000 35,000 ਉਚਾਈ 'ਤੇ ਉੱਡਦੀਆਂ 17 ਘੰਟੇ ਉਹਨਾਂ ਨੇ ਉੱਡਣਾ ਅਤੇ ਜਾ ਕੇ ਲੋਸ ਏਂਜਲਸ ਉਤਰਨਾ ਇਹ ਬੜੀ ਵੱਡੀ ਪ੍ਰਾਪਤੀ ਆ ਅਤੇ ਮੈਂ ਕਹਿੰਦਾ ਵੀ ਔਰਤ ਦਾ ਸੋਝ ਜਿਹੜਾ ਬੋਡੀ ਲਈ ਸੋਝ ਉਹਦੇ ਬਰਾਬਰ ਬੰਦਾ ਨਹੀਂ ਹੈ ਅੰਦਰਲੀ ਸੋਚ ਦਾ ਸੋਝ ਉਹਦੇ ਬਰਾਬਰ ਨਹੀਂ ਹੈ ਅਸਥੈਟਿਕਸ ਜਿਹੜੀ ਆ ਨਾ ਹਰ ਕਿਸਮ ਦੀ ਉਹ ਔਰਤ ਕੋਲ ਹੈ ਔਰ ਉਹ ਮਰਦ ਨੂੰ ਦੱਸਦੀ ਆ ਵੀ ਕੱਪੜੇ ਕਿਹੋ ਜਿਹੇ ਪਾਉਣੇ ਤੂੰ ਕਿਵੇਂ ਚੰਗਾ ਲੱਗੇਗਾ ਤੂੰ ਬੋਲ ਤੂੰ ਹੱਥ ਐਂ ਨਾ ਹਿਲਾ ਇੱਦਾਂ ਨਾ ਕਰ ਬਹੁਤਾਂ ਨਾ ਟੱਪ ਉਹ ਵਗੈਰਾ ਵਗੈਰਾ ਜੇ ਉਹ ਟੀਚਰ ਦਾ ਕੰਮ ਵੀ ਬੱਚੇ ਤੋਂ ਲੈ ਕੇ ਵੱਡੇ ਤੱਕ ਪਤੀ ਤੱਕ ਕੌਣ ਨਿਭਾਉਂਦੀ ਆ ਔਰਤ ਓਕੇ ਲੱਗਦਾ ਕਿ ਔਰਤ ਦੇ ਬਗੈਰ ਜਿਹੜਾ ਸਮਾਜ ਸ਼ਾਇਦ ਇੰਨਾ ਸੋਹਣਾ ਨਾ ਹੁੰਦਾ ਜੋ ਤੁਸੀਂ ਇੱਕ ਬੜਾ ਇੰਪੋਰਟੈਂਟ ਇਸ਼ੂ ਹੈਗਾ ਉਹ ਹੈਗਾ ਕਿ ਜਿਵੇਂ ਆਮ ਮਹਿਲਾ ਹੈਗੀ ਹੈ ਜਿਹੜੀ ਕਿ ਉਹਦੀ ਸੋਸਾਇਟੀ ਦੇ ਲਈ ਚੇਂਜ ਦੇ ਲਈ ਜਿੱਦਾਂ ਮੈਂ ਕਮੈਂਟ ਵੀ ਕੀਤਾ ਸੀ ਤੁਸੀਂ ਤਾਂ ਕੀ ਕੰਟਰੀਬਿਊਸ਼ਨ ਹੋ ਸਕਦੀ ਹੈ ਹਰੇਕ ਮਹਿਲਾ ਆਪਣੇ ਖੇਤਰ ਵਿੱਚ ਕੁਛ ਨਾ ਕੁਛ ਜ਼ਰੂਰ ਕਰ ਰਹੀ ਹੈ ਜੇ ਅਸੀਂ ਹਿਸਟਰੀ ਵੀ ਦੇਖੀਏ ਜਿੱਦਾਂ ਅਸੀਂ ਪਹਿਲੇ ਗੱਲ ਕਰ ਰਹੇ ਸੀ ਕੇਰਲਾ ਵਿੱਚ 1803 ਵਿੱਚ ਇੱਕ ਔਰਤ ਉਸ ਏਰੀਆ ਵਿੱਚ ਜਿਹੜੇ ਨੀਚੇ ਦੇ ਤਬਕੇ ਦੇ ਲੋਕ ਸੀਗੇ ਲੋਅਰ ਕਾਸਟ ਦੀ ਔਰਤਾਂ ਸੀ ਉਹਨਾਂ ਨੂੰ ਆਪਣਾ ਬੋਡੀ ਨੂੰ ਕਵਰ ਕਰਨ ਲਈ ਬ੍ਰੈਸਟ ਟੈਕਸ ਦੇਣਾ ਪੈਂਦਾ ਸੀ ਅਤੇ ਇੱਕ ਔਰਤ ਨਗੇਲੀ ਨੇ ਆਪਣੀ ਬ੍ਰੈਸਟ ਕੱਟ ਦੀਆਂ ਐਂਡ ਸ਼ੀ ਡਾਈਡ ਅਤੇ ਉਸ ਔਰਤ ਦੀ ਕੰਟਰੀਬਿਊਸ਼ਨ ਦੇਖੋ ਉਹਦੇ ਬਾਅਦ ਇਹ ਵਾਲਾ ਟੈਕਸ ਹਟ ਗਿਆ ਲੇਕਿਨ ਇਹੋ ਜਿਹੀਆਂ ਸਾਡੇ ਨਾਲ ਕਈ ਔਰਤਾਂ ਨੇ ਜੋ ਬਹੁਤ ਮਾਮੂਲੀ ਜਿੱਦਾਂ ਤੁਸੀਂ ਕਹਿੰਦੇ ਹੋ ਸ਼ਹਿਰ ਦੀ ਔਰਤ ਵਿੱਚ ਵੀ ਕਈ ਹਰੇਕ ਤਬਕੇ 'ਚ ਤੁਸੀਂ ਦੇਖੀਏ ਕਾਸਟ ਹੋਏ ਕਲਾਸ ਹੋਏ ਕੋਈ ਵੀ ਕੈਟੇਗਰੀ ਹੋਏ ਉਹ ਹਰੇਕ ਔਰਤ ਜੇ ਆਪਣੇ ਆਪ ਹਿੰਮਤ ਕਰਕੇ ਉੱਠ ਰਹੀ ਹੈ ਜੇ ਉਹ ਬੋਲ ਰਹੀ ਹੈ ਆਪਣੇ ਨਿਰਣੇ ਲੈ ਰਹੀ ਹੈ ਮੇਰੇ ਕਾਲਜ ਵਿੱਚ ਇੱਕ 50 ਸਾਲ ਦੀ ਔਰਤ ਕੰਮ ਕਰ ਰਹੀ ਹੈ ਜੋ ਪਹਿਲੀ ਵਾਰੀ ਘਰੋਂ ਨਿਕਲ ਕੇ ਕੰਮ ਕਰ ਰਹੀ ਹੈ ਉਹਦਾ ਹਸਬੈਂਡ ਕੰਮ ਨਹੀਂ ਕਰਨਾ ਉਹ ਚਾਹੁੰਦਾ ਨਹੀਂ ਹੈ ਕਿ ਉਹ ਕੰਮ ਕਰੇ ਪਰ ਉਹ ਇੱਕ ਸਰਵਿਸ ਪ੍ਰੋਵਾਈਡਰ ਨਾਲ ਆਈ ਹੈ ਐਂਡ ਸ਼ੀ ਸੇਜ਼ ਕਿ ਮੈਂ ਕੰਮ ਕਰਨਾ ਚਾਹੁੰਦੀ ਹਾਂ ਔਰ ਮੈਂ ਆਪਣੇ ਆਪ ਨੂੰ ਲਿਬਰੇਟਿਡ ਫੀਲ ਕਰਨੀ ਹਾਂ ਤਾਂ ਹਰੇਕ ਐਸੀ ਜਿਹੀ ਇਹੋ ਮਹਿਲਾ ਹੀ ਪਰਿਵਰਤਨ ਹੈ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹਨਾਂ ਦੇ ਲਈ ਪਰ ਅਸਲ ਜਦੋਂ ਆਪਾਂ ਮਹਿਲਾ ਪਰਿਵਰਤਨ ਦੀ ਗੱਲ ਕਰਦੇ ਹਾਂ ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਖਾਸ ਤੌਰ 'ਤੇ ਸੁਸਾਇਟੀ ਦੇ ਅੰਦਰ ਦੇਖਿਆ ਜਾਵੇ ਬੜੇ ਨਾਵਾਂ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਨੰਨੀ ਸ਼ਾਹ ਤੀਆਂ ਦੀ ਲੋਹੜੀ ਹੋਰ ਕਿੰਨੇ ਨਾਂ ਜਿਹੜੇ ਹੈਗੇ ਆ ਲੱਗਦਾ ਕਿ ਜੋ ਸਾਰਾ ਕੁਝ ਅਸੀਂ ਇਕੱਠਾ ਕਰਕੇ ਉਹਨੂੰ ਪੇਸ਼ਕਾਰੀ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਕੋਈ ਸੁਸਾਇਟੀ ਦੇ ਅੰਦਰ ਵੀ ਕੋਈ ਪਰਿਵਰਤਨ ਆ ਰਿਹਾ ਪਰਿਵਰਤਨ ਆ ਰਿਹਾ ਪਹਿਲਾਂ ਨਾਲੋਂ ਆ ਰਿਹਾ ਪਰ ਅਜੇ ਵੀ ਜਿਹੜੇ ਮਾਂ ਬਾਪ ਹੈ ਕੁੜੀਆਂ ਦੀ ਰਾਖੀ ਉਹਨਾਂ ਨੂੰ ਹੀ ਕਰਨੀ ਪੈਂਦੀ ਆ ਕਿਸੇ ਲੈਵਲ 'ਤੇ ਵੀ ਹੋਵੇ ਸਾਡਾ ਸਮਾਜ ਅਜੇ ਪੂਰੀ ਤਰ੍ਹਾਂ ਨਹੀਂ ਜਾਗਿਆ ਕਿ ਕੋਈ ਸਾਹਮਣੇ ਕੁੜੀ ਨੂੰ ਮੁੰਡਾ ਛੇੜ ਰਿਹਾ ਜਾਂ ਗਲਤ ਇਸ਼ਾਰੇ ਕਰ ਰਿਹਾ ਤਾਂ ਉਹਨੂੰ ਰੋਕਣ ਲਈ ਕੋਈ ਸਾਹਮਣੇ ਨਹੀਂ ਆਉਂਦਾ ਓਕੇ ਮੈਂ ਇੱਕ ਦੋ ਵਾਰ ਨਿੱਜੀ ਤੌਰ 'ਤੇ ਕੁੱਟ ਖਾਧੀ ਹੈ ਇਸ ਮਾਮਲੇ 'ਚ ਮੈਨੂੰ ਉਹਦੀ ਕੋਈ ਕੁੱਟ ਖਾਣ ਦੀ ਸ਼ਰਮ ਨਹੀਂ ਹੈ ਮੈਨੂੰ ਮਾਣ ਹੈ ਮਾਤਰਾ ਇਸ ਗੱਲ ਦਾ ਵੀ ਮੈਂ ਉਹ ਕੁੜੀ ਨੂੰ ਬਚਾਇਆ ਜੀ ਜੀ ਮੈਂ ਕੋਈ ਉਹ ਕਿਸੇ ਅਖਬਾਰ ਵੱਲ ਨਹੀਂ ਗਿਆ ਕਿਸੇ ਚੈਨਲ ਵੱਲ ਨਹੀਂ ਨੱਠਿਆ ਮੈਂ ਉਹਨੂੰ ਬਚਾ ਕੇ ਮੈਨੂੰ ਜਿਹੜੀ ਸੰਤੁਸ਼ਟੀ ਮਿਲੀ ਆ ਮੈਂ ਅੱਜ ਤੱਕ ਉਹਦੇ 'ਤੇ ਖੁਸ਼ ਹੈ ਕਹਿਣ ਤੋਂ ਭਾਵ ਮੇਰਾ ਇਹ ਆ ਵੀ ਜੇ ਸਮਾਜ ਜਾਗ ਪਏ ਜਿਵੇਂ ਬਾਹਰਲਾ ਸਮਾਜ ਜਾਗ ਗਿਆ ਆ ਉੱਥੇ ਕੋਈ ਗੱਲ ਹੋਵੇ ਪੁਲਿਸ ਇੱਕਦਮ ਐਕਸ਼ਨ ਲੈਂਦੀ ਆ ਇੱਥੇ ਪੁਲਿਸ ਸਿਫਾਰਸ਼ਾਂ ਮਗਰ ਦੌੜਦੀ ਆ ਉਹ ਗੱਲ ਮਗਰ ਨਹੀਂ ਦੌੜਦੀ ਉਹ ਸਿਫਾਰਿਸ਼ਾਂ ਮੰਨਦੀ ਉੱਧਰ ਦੌੜ ਪੈਂਦੀ ਆ ਮੇਰੇ ਜੇ ਤੁਸੀਂ ਵਿਚਾਰ ਸੁਣਨੇ ਹੋਣ ਤਾਂ ਮੈਂ ਇੱਕ ਕਵਿਤਾ ਲਿਖੀ ਹੋਈ ਆ ਮੈਨੂੰ ਜੇ ਆਗਿਆ ਦਿਓ ਇਹਦੇ ਵਿੱਚ ਸਿਰਫ ਔਰਤ ਦੀਆਂ ਸਿਫਤਾਂ ਹੀ ਨੇ ਕੁੜੀ ਦੀਆਂ ਸਿਫਤਾਂ ਨੇ ਮੈਂ ਇਹ ਨਹੀਂ ਗੱਲ ਪ੍ਰੋਫੈਸਰ ਬੇਨਤੀ ਕਰਾਂਗੇ ਕਿ ਕਵਿਤਾ ਦਾ ਇੱਕ ਜਾਂ ਦੋ ਜਿਹੜੇ ਹੈਗੇ ਆ ਦੋ ਤਿੰਨ ਪਹਿਰੇ ਸੁਣਾਉਂਗਾ ਮੈਂ ਲਿਖਿਆ ਵੀ ਨਾ ਗਜ਼ਲਾਂ ਕਵਿਤਾਵਾਂ ਹੁੰਦੀਆਂ ਕੁੜੀਆਂ ਧੀਆਂ ਮਾਵਾਂ ਹੁੰਦੀਆਂ ਨਾ ਗਜ਼ਲਾਂ ਕਵਿਤਾਵਾਂ ਹੁੰਦੀਆਂ ਕੁੜੀਆਂ ਧੀਆਂ ਮਾਵਾਂ ਹੁੰਦੀਆਂ ਮੋਮ ਵਰਗੀਆਂ ਕੋਮਲ ਕਲੀਆਂ ਸਾਂਭਣ ਯੋਗ ਕਲਾਵਾਂ ਹੁੰਦੀਆਂ ਕਲਾਵਾਂ ਸਮਝਦੇ ਹੋ ਨਾ ਇਹ ਪਹਿਰਾ ਦੇਖ ਲਓ ਫਿਰ ਵੀ ਵਕਤਾਂ ਮਾਰੇ ਵਕਤ ਸਫ਼ੇ 'ਤੇ ਵਕਤਾਂ ਮਾਰੇ ਵਕਤ ਸਫ਼ੇ ਜਦੋਂ ਵਕਤ ਪੈਂਦਾ ਕੋਈ ਵਕਤਾਂ ਮਾਰੇ ਵਕਤ ਸਫ਼ੇ 'ਤੇ
ਤਿੱਖੀਆਂ ਤੇਜ਼ ਨੰਗਾਵਾਂ ਹੁੰਦੀਆਂ ਔਰਤ ਦੀਆਂ, ਲੋੜ ਪਵੇ ਤਾਂ ਚੰਡੀ ਬਣ ਕੇ ਮਾਂ ਪਿਓ ਦੀਆਂ ਬਾਹਾਂ ਹੁੰਦੀਆਂ। ਮੈਂ ਆਖਰੀ ਪੈਰੇ ਤੇ ਪਹੁੰਚ ਜਾਂਦਾ, ਮੈਨੂੰ ਪਤਾ ਤੁਸੀਂ ਬਿਲਕੁਲ ਕਹਿੰਦਾ ਮੈਂ ਅੱਖਰ ਪੜ੍ਹ ਸਮਝ ਵਧਾਵਣ, ਕਿਉਂਕਿ ਪ੍ਰੋਫੈਸਰ ਮੈਡਮ ਬੈਠੇ ਨੇ ਤੇ ਇਹ ਗੱਲ ਕਹਿਣੀ ਬਣਦੀ ਆ। ਅੱਖਰ ਪੜ੍ਹ ਸਮਝ ਵਧਾਵਣ, ਵਿਦਿਆ ਦਾ ਸਿਰਨਾਵਾਂ ਹੁੰਦੀਆਂ ਹੈ ਜੀ। ਜਦ ਚਿੰਤਨ ਦੀ ਭਰਨ ਉਡਾਰੀ, ਜਦ ਚਿੰਤਨ ਦੀ ਭਰਨ ਉਡਾਰੀ, ਉੱਚ ਪਾਏ ਦੀਆਂ ਰਾਵਾਂ ਹੁੰਦੀਆਂ। ਅਤੇ ਆਖਰੀ ਪਹਿਰੇ 'ਤੇ ਪਹੁੰਚ ਜਾਂਦਾ ਵੀ ਬੋਲਾਂ ਵਿੱਚ ਰੱਬ ਖੁਦ ਬੋਲਦਾ, ਔਰਤ ਦੇ ਬੋਲਾਂ ਵਿੱਚ, ਬੋਲਾਂ ਵਿੱਚ ਰੱਬ ਖੁਦ ਬੋਲਦਾ, ਸੱਚ ਦੀਆਂ ਸਦਾ ਸਦਾਵਾਂ ਹੁੰਦੀਆਂ। ਇਸ ਤੋਂ ਉੱਪਰ ਹੋਰ ਕੀ ਆਖਾਂ, ਕੁੜੀਆਂ ਰੱਬ ਦੀਆਂ ਮਾਵਾਂ ਹੁੰਦੀਆਂ। ਓਕੇ ਪ੍ਰੋਫੈਸਰ, ਬਹੁਤ ਹੀ ਸੂਖਮਤਾ ਦੇ ਨਾਲ ਜਿਹੜੀ ਧੀ ਦੇ ਬਾਰੇ ਤੁਸੀਂ ਕਮੈਂਟਰੀ ਕੀਤੀ ਆਪਣੀ ਪੋਇਟਰੀ ਦੇ ਰਾਹੀਂ, ਅਸੀਂ ਚੈਨਲ ਦੇ ਵੀ ਤੁਹਾਡੇ ਧੰਨਵਾਦੀ ਹੈ। ਹੁਣ ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਜਿਹੜਾ ਹੈਗਾ ਮਹਿਲਾ ਦਿਵਸ ਦੇ ਮੁੱਦੇ 'ਤੇ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਪ੍ਰੋਫੈਸਰ ਜੋਤੀ ਸਰ, ਜਿੱਦਾਂ ਬ੍ਰੇਕ ਤੋਂ ਪਹਿਲਾਂ ਖਾਸ ਤੌਰ 'ਤੇ ਪ੍ਰੋਫੈਸਰ ਸ਼ਾਮ ਸਿੰਘ ਉਹਨਾਂ ਨੇ ਇਸ਼ੂ ਇਹ ਰੇਜ਼ ਕੀਤਾ ਕਿ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਧੀਆਂ ਦੀ, ਵਿਮਨ ਦੀ, ਬਹੁਤ ਕੁਝ ਹੈ, ਕੰਟਰੀਬਿਊਟ ਵੀ ਕਰ ਰਹੀ ਹਾਂ, ਪਰ ਅਜੇ ਵੀ ਸਮਾਜ ਦੇ ਅੰਦਰ ਕਿਧਰੇ ਨਾ ਕਿਧਰੇ ਹੈ ਕਿ ਕਾਨੂੰਨ ਦੀ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ ਉਹਨਾਂ ਦਰਿੰਦਿਆਂ ਨੂੰ ਕਾਬੂ ਕਰਨ ਲਈ ਜਿਹੜੇ ਕਿ ਸਮਾਜ ਦੇ 'ਚ ਇੱਦਾਂ ਦੀਆਂ ਗੰਦੀਆਂ ਹਰਕਤਾਂ ਕਰਦੇ ਆ। ਇਹਨਾਂ ਮੁੱਦਿਆਂ 'ਤੇ ਤੁਹਾਡਾ ਵੀ ਬਹੁਤ ਸਾਰੇ ਤਜਰਬੇ ਵਾਹ ਪੈਂਦਾ ਲੜਕੀਆਂ ਨਾਲ, ਕੁੜੀਆਂ ਨਾਲ, ਔਰਤਾਂ ਦੇ ਨਾਲ, ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਨੂੰ ਹਿਊਮਨ ਬੀਂਗਸ ਵਕਨ ਦੇਖਿਆ ਜਾਏ। ਹਰੇਕ ਲੜਕੀ, ਹਰੇਕ ਔਰਤ ਇੱਕ ਹਿਊਮਨ ਬੀਂਗ ਹੈ ਅਤੇ ਦੂਸਰੇ ਦੀ ਨਜ਼ਰ ਉਹਦੇ ਉੱਤੇ ਹਿਊਮਨ ਬੀਂਗ ਦੇ ਤੌਰ 'ਤੇ ਆਉਣੀ ਚਾਹੀਦੀ ਹੈ, ਨਾ ਕੇਵਲ ਕਿ ਉਹ ਇੱਕ ਔਰਤ ਹੈ। ਬਿਯੋਂਡ ਹਰ ਬੋਡੀ ਸ਼ੀ ਇਜ਼ ਅ ਹਿਊਮਨ ਬੀਂਗ, ਉਹ ਸਾਡਾ ਸਭ ਤੋਂ ਵੱਡਾ ਮੁੱਦਾ ਹੈ। ਦੂਸਰਾ, ਹਲੇ ਪਿਛਲੇ ਕੁਛ ਸਾਲਾਂ 'ਚ ਅਸੀਂ ਦੇਖਿਆ ਕਿ ਇੰਡੀਆ ਵਿੱਚ ਕਈ ਨਵੇਂ ਕਾਨੂੰਨ ਆਏ, ਬਹੁਤ ਪ੍ਰੋਗਰੈਸਿਵ ਕਾਨੂੰਨ ਆਏ, ਜਿੱਦਾਂ ਸੈਕਸ਼ੁਅਲ ਹੈਰਸਮੈਂਟ ਐਕਟ ਆਇਆ ਹੈਗਾ, ਅਤੇ ਪਹਿਲੇ ਈਵ ਟੀਜ਼ਿੰਗ ਨੂੰ ਬੜਾ ਮਾਮੂਲੀ ਜਿਹਾ ਛੋਟੀ ਜਿਹੀ ਚੀਜ਼ ਮੰਨੀ ਜਾਂਦੀ ਸੀ, ਹੁਣ ਉਹਨੂੰ ਹੈਰਸਮੈਂਟ ਮੰਨਦੇ ਹਾਂ ਔਰ ਹੈਰਸਮੈਂਟ ਹੁੰਦੀ ਹੈ। ਨਾਲੇ ਹਮਾਰੇ ਸਾਡੇ IPC 'ਚ ਜਿਹੜੇ ਰੇਪ ਦੇ ਲਾਜ਼ ਹੈ ਉਹ ਬਦਲੇ ਹੈ, ਉਹ ਬਹੁਤ ਵਧੀਆ ਤਰੀਕੇ ਨਾਲ ਬਦਲੇ। ਅਫਕੋਰਸ ਪ੍ਰੋਗਰੈਸਿਵ ਵੀ ਹੈ, ਲੇਕਿਨ ਕੁਛ ਹਲੇ ਹੋਰ ਹੋਣ ਲਈ ਲੋੜ ਹੈ, ਬਟ ਇਟਸ ਅ ਗੁੱਡ ਸਟਾਰਟ। IPC ਦੇ ਜਿਹੜੇ ਕਾਨੂੰਨ ਹੈ, ਫਿਰ 66A ਜਿਹੜਾ ਹੈ ਜੋ ਪ੍ਰੋਨੋਗ੍ਰਾਫੀ ਦੇ ਨਾਲ ਡੀਲ ਕਰਦਾ, ਉਹਦੇ 'ਚ ਜਿਹੜੀ ਬਦਲੀ ਆਈ ਹੈ, ਅਤੇ ਜਿਹੜੇ ਸਾਰੀ ਕਾਇੰਡ ਆਫ ਹੈਰਸਮੈਂਟ ਲਿੱਤੀ ਹੈ, ਚਾਹੇ ਉਹ ਡੋਮੈਸਟਿਕ ਘਰ ਵਿੱਚ ਹੈ, ਘਰੇਲੂ ਹੈ, ਜਾਂ ਕੰਮ ਦੇ ਖੇਤਰ 'ਚ ਹੈਗੀ ਹੈ, ਵੋਏਜਰਿਜ਼ਮ ਹੈਗੇ ਹੈ, ਸੈਕਸ਼ੂਅਲ ਬੁਲਿੰਗ ਹੈਗੀ ਹੈ, ਸਾਈਬਰ ਕ੍ਰਾਈਮਸ ਅਗੇਂਸਟ ਵੁਮੈਨ ਹੈ, ਉਹਦੇ ਨਾਲ ਕਾਫੀ ਜ਼ਿਆਦਾ ਪਰਿਵਰਤਨ ਆਇਆ ਹੈ। ਮੇਰੇ ਖੁਦ ਕਾਲਜ ਦੇ ਇੱਕ ਕੁੜੀ ਨੇ ਕੰਪਲੇਂਟ ਕੀਤੀ ਸੀਗੀ ਕਿ ਉਹਨੂੰ ਇੱਕ ਬੰਦਾ ਮੈਸੇਜ ਕਰਕੇ ਉਹਦੇ ਤੋਂ ਪੈਸੇ ਵੀ ਅਪਰੋਪਰੀਏਟ ਕੀਤੇ ਉਹਨੇ, ਅਤੇ ਅਸੀਂ ਉਹ ਕੇਸ ਲਿੱਤਾ, ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕੀਤਾ, ਉਹ ਬੰਦੇ ਫੜੇ ਗਏ, ਪੂਰਾ ਇੱਕ ਗੈਂਗ ਸੀਗਾ, ਅਤੇ ਉਹਨਾਂ ਨੂੰ ਜੇਲ੍ਹ ਵੀ ਹੋਈ। ਅਤੇ ਇੱਦਾਂ ਦੇ ਐਕਟਸ ਦਾ ਫਾਇਦਾ ਵੀ ਬਹੁਤ ਹੈ, ਲੇਕਿਨ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਇਸਤੇਮਾਲ ਵੀ ਪ੍ਰੈਕਟੀਕਲ ਜਿਹੜੀ ਪ੍ਰੋਟੈਕਸ਼ਨ ਦੀ ਗੱਲ ਇਹਨੇ ਕੀਤੀ ਨਾ, ਦੇਖੋ ਜਿੰਨਾ ਚਿਰ ਸਮਾਜ ਦਾ ਹਰ ਤਬਕਾ ਨਹੀਂ ਜਾਗਦਾ, ਨੰਬਰ ਇੱਕ, ਇੱਥੇ ਦਾ ਵਾਈਸ ਚਾਂਸਲਰ ਕਿਤੇ ਕਿਸੇ ਯੂਨੀਵਰਸਿਟੀ ਦਾ ਉਹ ਜੇ ਹਰਾਸਮੈਂਟ ਕਰਦਾ, ਨੰਬਰ ਦੋ ਸੰਤ ਇਸ ਸਮਾਜ ਦਾ ਉਹ ਜੇ ਹਰਾਸਮੈਂਟ ਕਰਦਾ, ਇੱਥੇ ਦਾ ਵਿਧਾਇਕ ਜਾਂ ਮੰਤਰੀ ਉਹ ਗੜਬੜ ਕਰਦਾ, ਇੱਥੇ ਦਾ ਅਫਸਰ ਅਧਿਕਾਰੀ ਉਹ ਗੜਬੜ ਕਰਦਾ, ਤੇ ਤੁਸੀਂ ਕਿੱਥੇ ਪ੍ਰੋਟੈਕਸ਼ਨ ਦੀ ਗੱਲ ਕਰਦੇ ਹੋ? ਸਾਡੇ ਕੋਰਟਾਂ ਵਿੱਚ ਕੇਸ 20-20 ਸਾਲ ਲਟਕੀ ਜਾਂਦੇ ਆ। ਉਹ ਔਰਤ ਜਿਹਦੇ ਫਰਜ਼ ਕਰ ਲਓ ਇੱਕ ਰੇਪ ਹੋ ਗਿਆ, ਅਤੇ ਉਸ ਰੇਪ ਵਾਲੀ ਔਰਤ ਦੀ ਜਿਹੜੀ ਸ਼ਰਮਿੰਦਗੀ ਆ ਅੰਦਰ ਦੀ, ਉਹਨੂੰ ਤਾਂ ਕੋਰਟ ਤੱਕ ਜਾਣ ਲਈ ਤਿਆਰ ਨਹੀਂ ਹੋਣਾ, ਮਤਲਬ ਅੰਦਰੋਂ ਤਿਆਰ ਨਹੀਂ ਹੁੰਦੀ, ਅਤੇ ਉਹ ਜਾ ਕੇ ਉੱਥੇ ਆਪਣਾ ਕਿੱਸਾ ਕਿਵੇਂ ਬਿਆਨ ਕਰੇ? ਮੇਰਾ ਕਹਿਣ ਤੋਂ ਭਾਵ ਭਈ ਇਸ ਕਿਸਮ ਦੀ ਜੇ ਉਹਨੂੰ ਪ੍ਰੋਟੈਕਸ਼ਨ ਸਾਡੀ ਸੁਸਾਇਟੀ, ਸਾਡੀ ਸਰਕਾਰ, ਸਾਡਾ ਬਿਊਰੋਕਰੈਟ ਸਿਸਟਮ ਇਹ ਨਹੀਂ ਦਿੰਦਾ, ਉਨਾ ਚਿਰ ਅਸੀਂ ਔਰਤ ਨੂੰ ਮਹਿਲਾ ਦਿਵਸ ਦੇ ਬਰਾਬਰ ਦੀ ਹਾਣ ਦੀ ਨਹੀਂ ਮੰਨ ਸਕਦੇ। ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਦੇ ਵਿੱਚ ਵਾਧਾ, ਜੋਤੀ ਸਿੰਘ, ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਤੁਹਾਡੀ ਗੱਲ 'ਚ ਵਾਧਾ ਕਰਦਾ, ਅਜੇ ਗੱਲ ਸਾਬਤ ਹੋਣੀ ਹੈ ਕਿ ਹਰਿਆਣਾ 'ਚ ਜੋ ਹੋਇਆ ਨਹੀਂ ਹੋਇਆ, ਪਰ ਇੱਕ ਜੋ ਜਾਟ ਅੰਦੋਲਨ ਦੇ ਤਾਂ ਜਿਸ ਤਰੀਕੇ ਨਾਲ ਉੱਥੇ ਔਰਤਾਂ ਨਾਲ ਬਿਹੇਵ ਹੋਇਆ, ਉਹਦੇ 'ਚ ਇੱਕ ਵਜ੍ਹਾ ਵੀ ਕਿ ਇਹ ਵੀ ਕਿਹਾ ਜਾ ਰਿਹਾ ਕਿ ਸ਼ਰਮਿੰਦਗੀ ਦੀਆਂ ਮਾਰੀਆਂ ਕਈ ਔਰਤਾਂ ਜਿਹੜੀਆਂ ਹੈਗੀਆਂ ਉਹ ਬਾਹਰ ਆਉਣ ਦੇ ਲਈ ਤਿਆਰ ਨਹੀਂ ਹੈ। ਡਾਕਟਰ ਜੋਤੀ ਸਿੰਘ, ਮੈਂ ਤੁਹਾਡੇ ਵੱਲ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਦੇ ਬਾਰੇ 'ਚ ਵੀ ਆਉਣਾ ਚਾਹੁੰਦਾ, ਪਰ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਥੋੜ੍ਹੇ ਅੰਕੜੇ ਹੈਗੇ ਜਿਹੜੇ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ। ਜੇ ਆਪਾਂ ਗੱਲ ਕਰਦੇ ਹਾਂ ਜਿਹੜਾ ਸਿਸਟਮ ਦੇ ਅੰਦਰ ਪੋਲੀਟੀਕਲ ਸਿਸਟਮ ਨੂੰ ਆਪਾਂ ਦੇਖੀਏ, 1993 ਦੇ ਵਿੱਚ ਜਿਹੜਾ ਪੰਚਾਇਤੀ ਰਾਜ ਸੰਸਥਾਵਾਂ ਹੈ ਉਹਦੇ 'ਚ 33% ਜਿਹੜਾ ਹੈਗਾ ਵਿਮਨ ਨੂੰ ਰਿਜ਼ਰਵੇਸ਼ਨ ਦਿੱਤੀ ਗਈ।
1996 ਦੇ ਵਿੱਚ ਜੋ ਦੇਵਗੌੜਾ ਦੀ ਸਰਕਾਰ ਸੀ ਤਾਂ ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਜਿਹੜਾ ਬਿੱਲ ਲਿਆਂਦਾ ਕਿ ਜਿਹੜੀਆਂ ਔਰਤਾਂ ਹੈਗੀਆਂ ਚਾਹੇ ਉਹ ਵਿਧਾਨ ਸਭਾ ਚਾਹੇ ਪਾਰਲੀਮੈਂਟ ਹੈ ਉਹਦੇ 33% ਉਹਨਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ। ਪਰ ਸਾਡੇ ਦੇਸ਼ ਦੀ ਤਰਾਸਦੀ ਦੇਖੋ ਕਿ ਰਾਜ ਸਭਾ ਨੇ 2010 ਦੇ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ, ਪਰ ਜਿੱਥੋਂ ਤੱਕ ਪਾਰਲੀਮੈਂਟ ਲੋਕ ਸਭਾ ਦੀ ਗੱਲ ਹੈ ਉਹਦੀ ਜਿਹੜੀ ਹਾਲਤ ਸਾਡੇ ਸਾਰਿਆਂ ਦੇ ਸਾਹਮਣੇ ਹੈ। ਮੈਂ ਇਸੇ ਹਾਲਤ ਨਾਲ ਜੋੜ ਕੇ ਇੱਕ ਦੋ ਅੰਕੜੇ ਆਪਣੇ ਦਰਸ਼ਕਾਂ ਲਈ ਰੱਖਣਾ ਚਾਹੁੰਦਾ ਕਿ ਸਾਡੇ ਕੋਲ ਜਿਹੜੀ ਲੋਕ ਸਭਾ ਦੇ ਮੈਂਬਰ ਹੈ ਉਹਨਾਂ ਦੀ ਗਿਣਤੀ ਇਸ ਵੇਲੇ 545, ਅਤੇ ਉਹਦੇ 'ਚ ਜੇ ਆਪਾਂ ਗੱਲ ਕਰੀਏ ਔਰਤਾਂ ਦੀ ਗਿਣਤੀ ਹੈ ਕੇਵਲ 60। ਰਾਜ ਸਭਾ ਦੇ ਵਿੱਚ ਜਿਹੜੇ 242 ਸਾਡੇ ਮੈਂਬਰ ਹੈ ਉਹਦੇ 'ਚ ਔਰਤਾਂ ਦੀ ਗਿਣਤੀ ਹੈ ਕੇਵਲ 31। ਇਸ ਤਰ੍ਹਾਂ ਜੇ ਦੇਖਿਆ ਜਾਵੇ ਤਾਂ 12% ਵੀ ਔਰਤਾਂ ਦੀ ਨੁਮਾਇੰਦਗੀ ਪਾਰਲੀਮੈਂਟ ਦੇ ਅੰਦਰ ਨਹੀਂ ਬਣਦੀ। ਜਿਹੜੀ ਪੰਜਾਬ ਕੈਬਨਿਟ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੜੇ ਸੰਤਾਂ ਮਹਾਤਮਾ ਦੀ ਗੱਲ ਕਰਦੇ ਹਾਂ, ਜਿੱਦਾਂ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਸੰਤ ਨੂੰ ਜਿਹੜਾ ਕਿਸ ਤਰੀਕੇ ਨਾਲ ਸੋਚਣਾ ਚਾਹੀਦਾ, ਉਸ ਪ੍ਰਿਸ਼ਠਭੂਮੀ ਵਾਲਾ ਜਿਹੜਾ ਪੰਜਾਬ ਹੈ ਉਹਦੀ ਕੈਬਨਿਟ ਦੇ ਵਿੱਚ ਇਸ ਵੇਲੇ 21 ਵਿਮਨ ਦੀ ਨੁਮਾਇੰਦਗੀ ਨਹੀਂ ਹੈ। ਇਹਨਾਂ ਮੁੱਦਿਆਂ ਨੂੰ ਜੋੜ ਕੇ ਜਦੋਂ ਡਾਕਟਰ ਜੋਤੀ ਸੇਠ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਾਰਲੀਮੈਂਟ ਦੇ ਅੰਦਰ ਜਦੋਂ 33% ਜਿਹੜਾ ਰਿਜ਼ਰਵੇਸ਼ਨ ਜਿਹੜਾ ਹੈਗਾ ਨਹੀਂ ਦਿੱਤਾ ਜਾ ਰਿਹਾ, ਕੁਝ ਦਿਨ ਹੀ ਪਹਿਲਾਂ ਖਾਸ ਤੌਰ 'ਤੇ ਪ੍ਰਾਈਮ ਮਿਨਿਸਟਰ ਨੇ ਉਸ ਪਹਿਲਕਦਮੀ ਨੂੰ ਅਸੀਂ ਚੰਗਾ ਕਹਾਂਗੇ ਕਿ ਉਹਨਾਂ ਨੇ ਚੁਣੇ ਹੋਏ ਜਿਹੜੀਆਂ ਮਹਿਲਾ ਨੁਮਾਇੰਦੇ ਆ ਉਹਨਾਂ ਦਾ ਇਕੱਠ ਕੀਤਾ ਦਿੱਲੀ ਦੇ ਵਿੱਚ, ਉਹਨਾਂ ਨੂੰ ਐਡਰੈਸ ਵੀ ਕੀਤਾ, ਪਰ 33% ਦੇ ਮੁੱਦੇ ਦੇ ਉੱਤੇ ਸਾਰੇ ਚੁੱਪ ਨੇ। ਤੁਸੀਂ ਕੀ ਕਹੋਗੇ? ਇਹ ਚੁੱਪੀ ਸਰਕਾਰ ਹਰ ਸਰਕਾਰ ਦੀ ਚੱਲੀ ਜਾ ਰਹੀ ਹੈ, ਲੇਕਿਨ ਸਾਰੇ ਮਹਿਲਾ ਅੰਦੋਲਨ ਔਰ ਫੈਮਿਨਿਸਟ ਦ੍ਰਿਸ਼ਟੀਕੋਣ ਅਤੇ ਮਹਿਲਾ ਐਕਟਿਵਿਸਟ ਅਸੀਂ ਇਹ ਕਹਿ ਰਹੇ ਹਾਂ ਕਿ ਹੋਣਾ ਚਾਹੀਦਾ 33% ਰਿਜ਼ਰਵੇਸ਼ਨ, ਤਦ ਹੀ ਮਹਿਲਾ ਅੱਗੇ ਆਉਣਗੀਆਂ। ਜਿੱਦਾਂ ਤੁਸੀਂ ਕਿਹਾ ਕਿ ਹੁਣ ਸਾਡੇ ਗ੍ਰਾਸਰੂਟ ਲੋਕਲ ਗਵਰਨਮੈਂਟ 'ਤੇ ਤਾਂ ਆ ਗਏ, ਲੇਕਿਨ ਨੈਸ਼ਨਲ 'ਤੇ ਫਿਗਰਸ ਤੁਹਾਨੂੰ ਸਾਨੂੰ ਕਹਿ ਰਹੇ ਹੈ ਕਿ ਨਹੀਂ ਆ ਰਹੇ, ਤਾਂ ਅਨਇਕੁਅਲ ਰਿਪ੍ਰਜੈਂਟੇਸ਼ਨ ਤਾਂ ਦਿਖ ਹੀ ਰਹੀ ਹੈ। ਸਿਮਿਲਰਲੀ ਜੇ ਅਸੀਂ ਐਜੂਕੇਸ਼ਨ ਵੀ ਲਈਏ, ਐਜੂਕੇਸ਼ਨ ਵਿੱਚ 46% ਜਿਹੜੇ ਹੈਗੇ ਹੈ ਹਾਇਰ ਐਜੂਕੇਸ਼ਨ ਵਿੱਚ ਲੜਕੀਆਂ ਹੈਗੀਆਂ, ਲੇਕਿਨ ਜਦ ਅਸੀਂ ਦੇਖਦੇ ਹਾਂ ਕਿ ਵਿਵਸਾਏ ਵਿੱਚ ਓਨਲੀ 15%, ਉਹਦੇ ਵਿੱਚ 9% ਸਿਰਫ ਪ੍ਰਾਇਮਰੀ ਸਕੂਲ ਟੀਚਰ ਔਰ ਡੋਮੈਸਟਿਕ ਵਰਕਰ ਹੈ। ਤਾਂ ਦੇਖੋ ਕਿ ਸਾਡੇ ਜਿਹੜੇ ਜੈਂਡਰ ਰੋਲਸ ਹੈ ਉਹ ਸਾਡੀ ਓਕਿਊਪੇਸ਼ਨਲ ਰੋਲਸ ਨਾਲ ਵੀ ਉੱਦਾਂ ਦੀ ਹੀ ਇਨਇਕੁਆਲਿਟੀ ਚੱਲ ਰਹੀ ਹੈ। ਅਤੇ ਜਿੱਦਾਂ ਸਰ ਨੇ ਕਿਹਾ ਕਿ ਹੁਣ ਮਹਿਲਾ ਹਵਾਈ ਜਹਾਜ਼ ਵੀ ਉਡਾ ਰਹੀ ਹੈ, ਸਭ ਕੁਛ ਕਰ ਸਕਦੇ ਹੈ, ਅਤੇ ਸਾਨੂੰ ਨਵੇਂ ਰਸਤੇ ਬਣਾਉਣੇ ਪੈਣਗੇ ਆਪਣੇ ਲਈ ਵੀ, ਸਮਾਜ ਨੂੰ ਵੀ ਐਕਸੈਪਟ ਕਰਨਾ ਪਏਗਾ ਕਿ ਇਹ ਸਪੇਸਿਸ ਔਰਤਾਂ ਦੀ ਵੀ ਹੈਗੀਆਂ, ਅਤੇ ਸੋਸ਼ਲ ਜਸਟਿਸ ਸਿਸਟਮਸ ਨੂੰ ਸਟਰੋਂਗ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਡਾਕਟਰ ਜੋਤੀ ਸੇਠ, ਮੈਂ ਹੈਲਥ ਨਾਲ ਰਿਲੇਟਡ ਇੱਕ ਕੁਐਸਚਨ ਤੁਹਾਡੇ ਨਾਲ, ਕਿਉਂਕਿ ਤੁਹਾਡਾ ਬੜੀ ਇਸ ਫੀਲਡ ਦੇ ਵਿੱਚ ਕੰਟਰੀਬਿਊਸ਼ਨ ਹੈ, ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗਾ। ਮੇਰੇ ਕੋਲ ਜਿਹੜੀਆਂ ਫਿਗਰਸ ਹੈਗੀਆਂ, ਜੇ 215 ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਸਾਊਥ ਏਸ਼ੀਆ ਜਿਹੜਾ ਰੀਜਨ ਹੈਗਾ ਉਹਦੇ 'ਚ 61,000 ਜਿਹੜੀਆਂ ਔਰਤਾਂ ਹੈਗੀਆਂ ਉਹ ਬੱਚੇ ਨੂੰ ਜਨਮ ਦੇਣ ਦੇ ਦੌਰਾਨ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ, ਜਿਸ ਤੋਂ ਸਾਡੇ ਪਤਾ ਲੱਗਦਾ ਕਿ ਸਾਡਾ ਜਿਹੜਾ ਹੈਗਾ ਔਰਤ ਦੀ ਹੈਲਥ ਬਾਰੇ ਕਿੱਦਾਂ ਦੀ ਅਪਰੋਚ ਹੋ ਜੂਗੀ। ਨਿੱਕੀ ਜਿਹੀ ਗੱਲ ਮੈਂ ਇਹਦੇ ਨਾਲ ਜੋੜ ਕੇ, ਜਿਹੜੀਆਂ ਪਿੰਡਾਂ 'ਚ ਕੰਮ ਕਰਦੀਆਂ, ਖਾਸ ਤੌਰ 'ਤੇ ਸਾਡਾ ਰਸੋਈ ਦਾ ਸਿਸਟਮ ਇੱਦਾਂ ਦਾ ਢਾਂਚਾ, ਉਹ ਚੰਡੀਗੜ੍ਹ ਜਾਂ ਇੱਦਾਂ ਦੇ ਸ਼ਹਿਰਾਂ ਵਾਲੀਆਂ ਨਹੀਂ ਹੈਗੀਆਂ, ਕਿ ਬਹੁਤ ਸਾਰੀਆਂ ਔਰਤਾਂ ਧੂੰਏ 'ਚ ਦਮ ਘੁੱਟ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ। ਇਹਨਾਂ ਮੁੱਦਿਆਂ 'ਤੇ ਹੈਲਥ ਨੂੰ ਲੈ ਕੇ ਤੁਸੀਂ ਕੀ ਕਹੋਗੇ? ਹੈਲਥ ਇਜ਼ ਅ ਜੈਂਡਰ ਇਸ਼ੂ ਜੋ ਕਿ ਹਾਲੇ ਤੱਕ ਮੰਨਿਆ ਨਹੀਂ ਜਾਂਦਾ ਸੀ, ਪਰ ਕਿਉਂਕਿ ਮਟਰਨਲ ਮੋਰਟੈਲਿਟੀ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਉਹਦੇ ਅੰਕੜੇ ਬੜੇ ਦਰਦਨਾਕ ਹੈਗੇ ਹੈ, ਕਿਉਂਕਿ ਇਸ ਲਈ ਹੈ ਕਿਉਂਕਿ ਜਿਹੜੀ ਲੜਕੀ ਹੈ ਉਹ ਬਹੁਤ ਛੋਟੀ ਉਮਰ 'ਚ ਮਾਂ ਬਣ ਜਾਂਦੀ ਹੈ, ਉਹਦਾ ਨਿਊਟ੍ਰੀਸ਼ਨ ਸਟੇਟਸ ਉਹਦਾ ਬੜਾ ਲੋਅ ਹੁੰਦਾ, ਪ੍ਰੈਗਨੈਂਸੀ ਦੇ ਦੌਰਾਨ ਉਹਨੂੰ ਠੀਕ ਨਿਊਟ੍ਰੀਸ਼ਨ ਨਹੀਂ ਮਿਲਦੀ, ਅਤੇ ਕਈ ਵਾਰੀ ਮਾਂ ਵੀ ਮਰ ਜਾਂਦੀ ਹੈ, ਕਈ ਵਾਰੀ ਬੱਚਾ ਵੀ ਮਰ ਜਾਂਦਾ, ਅਤੇ ਉਹਦੀ ਹੈਲਥ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਦਾ। ਜੋ ਤੁਸੀਂ ਕਿਹਾ ਕਿ ਔਰਤਾਂ ਕਿਚਨ ਵਿੱਚ ਚੁੱਲ੍ਹੇ ਦੇ ਆਲੇ ਦੁਆਲੇ ਰਹਿ ਕੇ ਉਹਨਾਂ ਨੂੰ ਬਹੁਤ ਸਾਰੀ ਲੰਗ ਇਨਫੈਕਸ਼ਨਸ ਹੋ ਜਾਂਦੀਆਂ, ਉਹਦੇ ਇਲਾਵਾ ਔਰਤਾਂ ਦੀ ਬਹੁਤ ਹੋਰ ਵੀ ਪ੍ਰੋਬਲਮਸ ਹੈਗੀਆਂ, ਜਿੱਦਾਂ ਕਿ ਵਾਸ਼ਰੂਮਸ ਨਹੀਂ ਹੈਗੇ, ਔਰ ਬਹੁਤ ਸਾਰੇ ਇਨਫੈਕਸ਼ਨਸ ਔਰਤਾਂ ਨੂੰ ਇਸ ਲਈ ਹੁੰਦੇ ਕਿਉਂਕਿ ਉਹ ਰਾਤ ਰਾਤ ਨੂੰ ਜਾ ਨਹੀਂ ਸਕਦੀਆਂ ਖੇਤਾਂ ਵਿੱਚ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੰਗਲ ਹੁਣ ਕੱਟ ਰਹੇ ਹੈ, ਜੰਗਲ ਕੱਟ ਗਏ ਅਤੇ ਉਹਨਾਂ ਦੇ ਜਿਹੜੇ ਇੰਧਨ ਦੇ ਸਮੱਗਰੀ ਹੈ ਉਹ ਹੋਰ ਦੂਰ ਹੋ ਗਈ, ਤਾਂ ਔਰਤ ਦੀ ਜਿਹੜੀ ਲਾਈਫ ਹੈ ਐਵਰੀਡੇ ਲਾਈਫ ਹੋਰ ਜ਼ਿਆਦਾ ਬਰਡਨਸਮ ਹੋ ਰਹੀ ਹੈ, ਔਰ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੀ ਸਿਹਤ ਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ, ਔਰ ਇਹਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਸ ਟਾਈਮ। ਓਕੇ ਡਾਕਟਰ ਜੋਤੀ ਸਰ, ਥੈਂਕ ਯੂ ਵੈਰੀ ਮਚ ਪ੍ਰੋਫੈਸਰ। ਬਿਲਕੁਲ ਇੱਕ ਲਾਈਨ ਦਾ ਕਮੈਂਟ, ਮੇਰਾ ਖਿਆਲ ਹੈ ਲਾਸਟ, ਹਾਂ ਮੇਰਾ ਖਿਆਲ ਹੈ ਵੀ ਜਿਹੜਾ ਔਰਤ ਹੈ ਨਾ, ਔਰਤ ਇਹ ਸਿਰਫ ਅਸੀਂ ਉਹਨੂੰ ਹੀ ਸਮਝਦੇ ਹਾਂ ਵੀ ਬੱਚੇ ਦੀ ਮਾਂ ਇਹ ਆ, ਅਗਰ ਸਮਾਜ ਔਰ ਜਾਂ ਸਰਕਾਰ ਬੱਚੇ ਦੀ ਮਾਂ ਬਣੇ ਤਾਂ ਸਾਡੀ ਔਰਤ ਦੀ ਸਿਹਤ ਸੁਧਰ ਸਕਦੀ ਹੈ, ਅਦਰਵਾਈਜ਼ ਨਹੀਂ। ਓਕੇ ਪ੍ਰੋਫੈਸਰ, ਥੈਂਕ ਯੂ ਵੈਰੀ ਮਚ, ਅਸੀਂ ਜੀ ਜੀ
ओके थैंक यू वेरी मच। असी अपने मेहमानों के नाल महिला दिवस के मौके के उत्ते जिहड़ी चर्चा की है उहदे गल बिल्कुल इहदे च कोई दो रामा नहीं हैगियां कि जो असी महिला दिवस मनाने हैं साडियां तीआं नूं लड़कियां नूं औरतां नूं वख वख नावां ते वख वख जिहड़े हैगे है मुहावरिआं दे नाल चेते करदे हैं उहदे बारे किसी की कोई दो रामा नहीं। जे सरकारां पार्लीमेंट के अंदर 33% का बिल लेके आउण तां उह वी चंगी गल है, पर इस गल नाल बिल्कुल जिद्दां साडे मेहमानां दी वी राय है ਇਹ ਗੱਲ ਵੀ ਪੂਰੀ ਤਰ੍ਹਾਂ ਜੁੜੀ ਹੋਈ ਹੈ ਕਿ ਜੇਕਰ ਸਾਡੇ ਦੇਸ਼ ਦੇ ਰਾਜਸੀ ਨੇਤਾ ਬੇਈਮਾਨ ਨਾ ਹੋਣ, ਇਹ ਗੱਲ ਇਹਨਾਂ ਸਾਰਿਆਂ ਮੁੱਦਿਆਂ ਤੋਂ ਉੱਪਰ, ਚਾਹੇ 33% ਦਾ ਕਾਨੂੰਨ ਵੀ ਬਣ ਜਾਏ, ਜਿੱਦਾਂ ਮੁਲਕ ਦੇ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਮਹਿਲਾ ਸਰਪੰਚ ਬਣਦੀ ਹੈ ਤਾਂ ਉਹ ਨਹੀਂ ਬੋਲਦੀ, ਉਸਦੇ ਘਰ ਵਾਲਾ ਸਰਪੰਚ ਬੋਲਦਾ, ਤਾਂ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ ਕਿ ਪਤੀ ਸਰਪੰਚ ਵਾਲਾ ਸਿਸਟਮ ਖਤਮ ਹੋਣਾ ਚਾਹੀਦਾ। ਇਸ ਲਈ ਇਹ ਬਹੁਤ ਜ਼ਰੂਰੀ ਹੈ, ਜਿੱਦਾਂ ਪ੍ਰੋਫੈਸਰ ਸ਼ਾਮ ਸਿੰਘ ਹੋਣਾ ਦੇ ਵੀ ਕਮੈਂਟਸ ਹੈਗੇ ਕਿ ਜਦ ਤੱਕ ਮਹਿਲਾ ਆਪਣੇ ਅਧਿਕਾਰਾਂ ਲਈ ਜਾਗਰਤ ਨਹੀਂ ਹੋਣਗੀਆਂ ਤਦ ਤੱਕ ਸ਼ਾਇਦ ਦਿਨ ਮਨਾਉਣ ਦੇ ਨਾਲ ਸਾਰਥਕ ਸਿੱਟੇ ਨਹੀਂ ਕੱਢੇ ਜਾ ਸਕਦੇ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਆਉਣ ਦੇ ਲਈ ਮੈਂ ਡਾਕਟਰ ਜੋਤੀ ਸੇਠ, ਪ੍ਰੋਫੈਸਰ ਸ਼ਾਮ ਸਿੰਘ ਦੋਨਾਂ ਦਾ ਹੀ ਧੰਨਵਾਦੀ ਹੈ। ਔਰ ਇਸ ਬਹਿਸ ਦੇ ਬਾਰੇ ਕੋਈ ਵੀ ਰਾਏ ਦੇਣ ਦੇ ਲਈ ਦਰਸ਼ਕਾਂ ਵਾਸਤੇ ਸਾਡਾ ਪਤਾ ਜਗਤਾਰ ਸਿੱਧੂ @ globalpunjabtv.com।